ਮਾਈਨਿੰਗ ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਪ੍ਰਸ਼ਾਸਨ ਦੀ ਕੁੰਭਕਰਨ ਦੀ ਨੀਂਦ ਆਖਿਰਕਾਰ ਖੁੱਲ੍ਹੀ ਗਈ ਅਤੇ ਸਾਰਾ ਦਿਨ ਮਾਈਨਿੰਗ ਮਾਫੀਆ ਤੇ ਡੰਡਾ ਚੱਲਦਾ ਰਿਹਾ। ਹੁਸ਼ਿਆਰਪੁਰ ਦੇ ਐਸਟੀਐਮ ਮੇਜਰ ਅਮਿਤ ਸਰੀ ਨੇ ਪਿੰਡ ਨਾਰਾ ਅਤੇ ਟਾਡਾ ਦੇ ਇਲਾਕੇ ਦੇ ਵਿੱਚ 4 ਤੋਂ 5 ਘੰਟੇ ਤੱਕ ਮੌਕੇ ਤੇ ਜਾਂਚ ਕੀਤੀ। ਪੁਲਿਸ ਵੱਲੋਂ ਦੇਰ ਰਾਤ ਅਣਪਛਾਤਿਆਂ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਨੂੰ ਬਾਈ ਨੇਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਸਭ ਤੋਂ ਵੱਡੀ ਸਫਲਤਾ ਤਾਂ ਪ੍ਰਸ਼ਾਸਨ ਉਸ ਵੇਲੇ ਹੱਥ ਲੱਗੀ ਜਦੋਂ ਪ੍ਰਸ਼ਾਸਨ ਨੇ ਰੁੱਖ ਨਾਰਾ ਪਿੰਡਾ ਕੀਤਾ। ਨਾਰਾ ਦਾ ਸਰਪੰਚ ਮਨੀਸ਼ ਉਰਫ ਲੱਕੀ ਪੁੱਤਰ ਸਵਰਨ ਚੰਦ ਜੋ ਕਿ ਕਾਂਗਰਸੀ ਹੈ, ਉਹ ਵੀ ਮਾਈਨਿੰਗ ਦੇ ਗੋਰਖ ਧੰਦੇ ਦੇ ਵਿੱਚ ਹੈ ਅਤੇ ਮੌਕੇ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹੀ ਨਹੀਂ, ਇਸ ਦੌਰਾਨ ਪਿੰਡ ਵਿੱਚ ਕੀਤੇ ਜਾ ਰਹੇ ਨਿਰਮਾਣ ਕਾਰਜ ਦੇ ਦੌਰਾਨ ਖੜੀ ਰੇਤ ਦੀ ਟਰਾਲੀ ਦੇ ਬਾਰੇ ਜਦੋਂ ਐਸਡੀਐਮ ਅਮਿਤ ਸਰੀਨ ਨੇ ਪੜਤਾਲ ਕੀਤੀ ਤਾਂ ਉਹ ਅਵੈਧ ਤੌਰ ਤੇ ਪਾਈ ਗਈ, ਜਿਸ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਕਈ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ। सुंदर श्याम अरोड़ा जी से मेरी बात हुई थी इस बारे में, उन्होंने भी कहा था कि माइनिंग कुछ चल रही है तो उसके बारे में आप जो है थोड़ा जांच पड़ताल करें। फिर सुबह मुलाकात हुई, सुबह तहसील का आज रेनोवेशन किया उन्होंने हमारे यहाँ पे हुशियारपुर तहसील का, उसमें भी उन्होंने कहा कि आप विजिट करके आए, देख के आए कि वहां क्या हो रहा है। ठीक है, डाडा और नारा में काफी माइनिंग जोरों पे चल रही है तो मौके पे पहुंच के देखा कि वाकई माइनिंग हुई है। हमने रेवेन्यू रिकॉर्ड देखा, रेवेन्यू रिकॉर्ड के हिसाब से मालकी देखी गई है कुलविंदर सिंह की और सन ऑफ गुरमीत सिंह है, और दूसरी मालकी मिली है सानू ज्ञान चंद दी। तो दोनों के खिलाफ FIR, एक FIR राती करती सी, लेकिन उस वेले रेवेन्यू रिकॉर्ड क्योंकि पता नहीं सी ते फोन ते मैं डायरेक्ट कर देता सी एक्सीएन साहब नू, एक्सीएन मिस्टर कलसी नू, उन्होंने परचा करा देता सी राती, लेकिन अनपछातियां ते होया सी। हुण रेवेन्यू रिकॉर्ड असी देखिया उहदे हिसाब नाल ज्ञान चंद दी मालकी बनदी है ते अज हुण ज्ञान चंद दे खिलाफ ओह FIR कीती जाएगी। दूजी लोकेशन जिहड़ी हुण अज इह असी देखी है, ਇਹ ਲੋਕੇਸ਼ਨ ਕੁਲਵਿੰਦਰ ਸਿੰਘ ਮਾਲਕੀ ਹੈ, ਕੁਲਵਿੰਦਰ ਸਿੰਘ ਸਨ ਉਹ ਗੁਰਮੀਤ ਸਿੰਘ, ਤੇ ਉਹਦੇ ਖਿਲਾਫ ਪਰਚਾ FIR ਕਰਾਈ ਜਾਏਗੀ ਔਰ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਇਹਦੇ ਖਿਲਾਫ ਕਿਉਂਕਿ ਕੋਈ ਪਰਮਿਸ਼ਨ ਨਹੀਂ ਹੈ ਇਸ ਏਰੀਏ ਦੀ ਔਰ 20 ਫਿੱਟ ਲਗਭਗ ਮਾਈਨਿੰਗ ਕੀਤੀ ਗਈ ਹੈ ਇੱਥੇ ਵਿਦਆਊਟ ਐਨੀ ਪਰਮਿਸ਼ਨ। ਸਰ ਜੇ ਪਰਮਿਸ਼ਨ ਮਿਲਦੀ ਤਾਂ ਪਰਮਿਸ਼ਨ ਲਿੱਤੀ ਜਾਂਦੀ ਹੈ ਉਹਦੇ ਲਈ ਪਹਿਲੇ ਐਗਰੀਮੈਂਟ ਹੋਣਾ ਜ਼ਰੂਰੀ ਹੈ, ਮਾਲਕ ਦਾ ਤੇ ਠੇਕੇਦਾਰ ਦਾ ਐਗਰੀਮੈਂਟ ਹੁੰਦਾ, ਉਹਦੇ ਬਾਅਦ ਪਰਮਿਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ ਔਰ ਪਰਮਿਸ਼ਨ ਸਿਰਫ 4 ਫਿੱਟ ਤੱਕ ਹੀ ਦਿੱਤੀ ਜਾਂਦੀ ਹੈ ਐਂਡ ਦੇਰ ਆਰ ਵੇਰੀਅਸ ਕੰਡੀਸ਼ਨਸ ਆਲਸੋ, ਪਰ ਉਹ ਇਸ ਕੇਸ 'ਚ ਨਹੀਂ ਲਿੱਤੀ ਗਈ ਹੈ। ਅਸੀਂ ਸਾਰਾ ਵੈਰੀਫਾਈ ਕਰ ਲਿਆ, ਮਾਈਨਿੰਗ ਦੇ ਇੰਸਪੈਕਟਰ ਮੇਰੇ ਨਾਲ ਨੇ ਗਗਨਦੀਪ, ਤੇ ਅਸੀਂ ਸਾਰਾ ਵੈਰੀਫਾਈ ਕਰ ਲਿਆ। ਮੰਤਰੀ ਜੀ ਦਾ ਸ਼ੁਕਰਗੁਜ਼ਾਰ ਕਰਦੇ, ਉਹਨਾਂ ਨੇ ਸਾਡੀ ਨੌਲੇਜ 'ਚ ਇਹ ਚੀਜ਼ ਪਾਈ ਹੈ ਔਰ ਬਹੁਤ ਅੱਛਾ ਹੋ ਗਿਆ, ਅਸੀਂ ਇਹਤੇ ਨਕੇਲ ਪਾਵਾਂਗੇ ਮਾਈਨਿੰਗ ਦੇ ਉੱਤੇ। ਕਿਤੇ ਫਿਊਚਰ 'ਚ ਮਾਈਨਿੰਗ ਇਦਾਂ ਦੀ ਹੁੰਦੀ ਹੈ, ਵਿਲ ਹੈਵ ਅ ਸਟ੍ਰਿਕਟ ਐਕਸ਼ਨ ਅਗੇਂਸਟ ਦਿਸ।